ਪਰ ਇਨਸਾਨ ਦੀ ਪਤਾ ਇੱਕ ਛਰਾਰਤ ਹੈ ਇਨਸਾਨ ਕਹਿੰਦਾ ਸਭ ਕੁਝ ਬਾਬਾ ਜੀ ਨੇ ਕਰਨਾ ਉਹ ਆਪ ਆਪਣਾ ਕਦਮ ਨਹੀਂ ਚੁੱਕਦਾ ਪਰਮਾਤਮਾ ਦੇਖਦਾ ਰਹਿੰਦਾ ਹੈ ਕਿ ਵੀ ਕੁਝ ਕਰਤਾ ਕਿਉਂ ਨਹੀਂ ਪਿਆ ਹੁਣ ਇਹਨੂੰ ਇੰਨੀ ਤਕਲੀਫ ਹੈ ਫਿਰ ਪਰਮਾਤਮਾ ਪਤਾ ਕੀ ਕਰਦਾ ਜਾਂ ਸਾਨੂੰ ਦੁੱਖ ਦਿੰਦਾ ਜਾਂ ਸਾਨੂੰ ਪੀੜਾ ਦਿੰਦਾ ਜਾਂ ਸਾਨੂੰ ਬਿਮਾਰੀ ਦਿੰਦਾ ਉਹ ਪਰਮਾਤਮਾ ਦਾ ਇੱਕ ਤਰੀਕਾ ਹੁੰਦਾ ਹੈ ਸਾਨੂੰ ਜਗਾਣ ਦਾ ਅਸੀਂ ਸੁੱਤੇ ਹੁੰਨੇ ਆ ਨਾ ਤੇ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਜ਼ਿੰਦਗੀ ਸੁੱਤੇ-ਸੁੱਤੇ ਨਹੀਂ ਕੱਟਣੀ ਪਰ ਅਸੀਂ ਜਦੋਂ ਸੁੱਤੇ ਹੁੰਨੇ ਆ ਪਰਮਾਤਮਾ ਦੀ ਗੱਲ ਨਹੀਂ ਮੰਨਦੇ ਫਿਰ ਪਰਮਾਤਮਾ ਦੇ ਆਪਣੇ ਤਰੀਕੇ ਆ ਸਾਨੂੰ ਜਗਾਣ ਦੇ ਉਹ ਫਿਰ ਜਦੋਂ ਸਾਨੂੰ ਕੋਈ ਮੁਸ਼ਕਲ ਦਿੰਦਾ ਹੈ ਨਾ ਕੋਈ ਤਕਲੀਫ ਆ ਗਈ ਕਿਸੇ ਵੀ ਤਰ੍ਹਾਂ ਦੀ ਕੋਈ ਸਰੀਰਕ ਮਾਨਸਿਕ ਘਰੇਲੂ ਕਿਤੇ ਉਹਦੇ ਨਾਲ ਫਿਰ ਇਨਸਾਨ ਜਾਗਦਾ ਹੈ ਫਿਰ ਜਾ ਕੇ ਪਰਮਾਤਮਾ ਨੂੰ ਕਹਿੰਦਾ ਕਿ ਜੋ ਮੈਂ ਤੈਨੂੰ ਦੱਸਿਆ ਹੈ ਨਾ ਤੂੰ ਉਹਦੇ ਹਿਸਾਬ ਨਾਲ ਚੱਲ ਪਰਮਾਤਮਾ ਸ੍ਰੀ ਲੰਤਾ ਤੁਸੀਂ ਦੇਖਿਆ ਕਿ ਡਾਕਟਰ ਹੈ ਨਾ ਉਹ ਸਿਰਫ ਪਲੱਸ ਤੇ ਲਾ ਸਕਦਾ ਹੈ ਹੱਡੀ ਕੌਣ ਜੋੜਦਾ ਹੈ ਪਰਮਾਤਮਾ ਜਦੋਂ ਇੱਕ ਡਾਕਟਰ ਹੈ ਉਹ ਟਾਂਕੇ ਲਾਂਦਾ ਹੈ ਉਹ ਟਾਂਕੇ ਲਾ ਕੇ ਵਿਚਕਾਰ ਕੋਈ ਗਲੂ ਨਹੀਂ ਲਾਂਦਾ ਉਹ ਟਾਂਕੇ ਲਾ ਕੇ ਦੋਨਾਂ ਪਰਤਾਂ ਨੂੰ ਆਪਸ ਵਿੱਚ ਕੋਲ ਲਿਆਂਦਾ ਜੋੜਦਾ ਕੌਣ ਹੈ ਪਰਮਾਤਮਾ ਇਸ ਤਰ੍ਹਾਂ ਹੀ ਇਹ ਦਿਮਾਗ ਦੀ ਜਿਹੜੀ ਬਿਮਾਰੀਆਂ ਨੇ ਇਹਦੇ ਵਿੱਚ ਸਰੈਂਡਰ ਦਾ ਮਤਲਬ ਸਿਰਫ ਇਹਨਾ ਹੈ ਕਿ ਮੈਂ ਆਪਣਾ 파ਟ ਕਰਾਂ 33% 33% ਪਰਮਾਤਮਾ ਦਾ ਕੋਈ ਨਾ ਕੋਈ ਰੂਪ ਮੇਰੇ ਆਸ-ਪਾਸ ਹੋਏਗਾ ਉਹ ਵੀ ਪਰਮਾਤਮਾ ਦਾ ਰੂਪ ਹੀ ਹੋਏਗਾ ਪਰ 34% ਪਰਮਾਤਮਾ ਦਾ ਯੋਗਦਾਨ ਪਾਏਗਾ ਤਾਂ ਸਾਡਾ ਕੰਮ ਸਿਰੇ ਚੜੇਗਾ ਇਸ ਕਰਕੇ ਹਰ ਵੇਲੇ ਤੁਸੀਂ ਇਸ ਚੀਜ਼ ਨੂੰ ਆਪਣੇ ਆਪ ਚ ਰਿਅਲਾਈਜ਼ ਕਰਨਾ ਕਿ ਪਰਮਾਤਮਾ ਮੇਰੇ ਨਾਲ ਹੈ ਨਾ ਬਸ ਇਹ ਸਭ ਤੋਂ ਵੱਡੀ ਗੱਲ ਹੈ ਜੋ ਤੁਸੀਂ ਇਹ ਕਹੋ ਕਿ ਸਵੇਰੇ ਉਠੋ ਤੇ ਤੁਹਾਡਾ ਮਨ ਚ ਪਹਿਲਾ ਸਭ ਤੋਂ ਪਹਿਲਾ ਮਨ ਚ ਖਿਆਲ ਹੋਏ ਕਿ ਪ੍ਰਮਾਤਮਾ ਬੜਾ ਸ਼ੁਕਰ ਹੈ ਤੂੰ ਮੈਨੂੰ ਉਠਾਤਾ ਅੱਜ ਇੱਕ ਨਵਾਂ ਦਿਨ ਹੋਰ ਜੀਣ ਨੂੰ ਦਿੱਤਾ ਤੇ ਰਾਤ ਨੂੰ ਸੌਣ ਲੱਗਿਆਂ ਇਸ ਵਾਸਤੇ ਤਿਆਰ ਹੋ ਜੋ ਕਿ ਪਾਪਾ ਜੀ ਤੁਸੀਂ ਗ੍ਰੈਟੀਟਿਊਡ ਹੈ ਕਿ ਜੋ ਆ ਤੁਸੀਂ ਦਿਨ ਚ ਕਰ ਸਕਦੇ ਸੀ ਨਾ ਮੇਰੀ ਮੇਰੀ ਮਤਲਬ ਹیثیت ਤੋਂ ਬਹੁਤ ਜ਼ਿਆਦਾ ਤੁਸੀਂ ਦਿੱਤਾ ਬਸ ਇਹ ਪ੍ਰਮਾਤਮਾ ਦਾ ਇੱਕ ਪ੍ਰਮਾਤਮਾ ਨੂੰ ਸਭ ਕੁਝ ਪਤਾ ਹੈ ਇਹ ਸਿਰਫ ਆਪਣੇ ਆਪ ਨੂੰ ਦੱਸਣ ਵਾਸਤੇ ਹੈ ਕਿ ਅਸੀਂ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਸਹਾਈ ਸਮਝੀਏ ਕਿਉਂਕਿ ਜੇ ਅਸੀਂ ਅੰਗ ਸੰਗ ਸਹਾਇ ਨਹੀਂ ਸਮਝਾਂਗੇ ਨਾ ਸਾਡੇ ਸਾਡੇ ਚ ਕੋਈ ਵੀ ਇੰਨਾ ਤਾਕਤਵਰ ਨਹੀਂ ਹੈ ਕਿ ਜਿਹੜਾ ਆਪਣੇ ਦਿਮਾਗ ਨੂੰ ਠੀਕ ਰੱਖ ਸਕੇ ਆਪਣੀ ਜ਼ਿੰਦਗੀ ਆਪਣੇ ਦਿਮਾਗ ਨੂੰ ਠੀਕ ਰੱਖਣ ਵਾਸਤੇ ਪਰਮਾਤਮਾ ਦੀ ਜ਼ਰੂਰਤ ਸਾਨੂੰ ਹਰ ਵੇਲੇ ਹੈ ਦੇਖੋ ਕਈ ਇਹੋ ਜਿਹੇ ਮੂਮੈਂਟ ਆਣਗੇ ਜਿੱਥੇ ਸਾਡਾ ਦਿਮਾਗ ਡਾਕ ਮਗਾਏ ਤੁਹਾਨੂੰ ਕੋਈ ਲੱਗੇਗਾ ਕਿ ਇਹ ਗੱਲ ਕਰੀਏ ਕਿ ਨਾ ਕਰੀਏ ਐਸ ਰਸਤੇ ਚਲੀਏ ਕਿ ਨਾ ਚਲੀਏ ਹੁਣ ਕੀ ਕਿਸ ਪਾਸੇ ਕਰੀਏ ਫਿਰ ਉਸ ਵੇਲੇ ਤੁਸੀਂ ਕਹੋ ਕਿ ਬਾਬਾ ਜੀ ਜੋ ਤੁਹਾਨੂੰ ਚੰਗਾ ਲੱਗਦਾ ਨਾ ਉਹ ਕਰਾ ਦਿਓ ਜੇ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਮੇਰਾ ਫਾਇਦਾ ਹੋਣਾ ਤਾਂ ਕਰਾ ਦਿਓ ਜੇ ਮੈਨੂੰ ਤੁਹਾਨੂੰ ਲੱਗਦਾ ਮੇਰਾ ਨੁਕਸਾਨ ਹੋਣਾ ਕਿਉਂਕਿ ਤੁਹਾਨੂੰ ਤਾਂ ਪਤਾ ਫਿਰ ਤੁਸੀਂ ਇਸ ਚੀਜ਼ ਤੋਂ ਨੁਕਸਾਨ ਹੀ ਮੈਨੂੰ ਵਿਚਾਲੋ ਮੈਨੂੰ ਨੁਕਸਾਨ ਤੋਂ ਵਿਚਾਲੋ